ਦੂਜੀ ਜਿਹੜੀ ਗੱਲ ਆ ਕੁਛ ਕਿਸਾਨ ਆਗੂਆਂ ਪ੍ਰਤੀ ਗੱਲਾਂ ਬਾਤਾਂ ਜਿਹੜੀਆਂ ਅੱਜ ਆਪਾਂ ਕਰਨੀਆਂ ਨੇ ਕੁਛ ਮੋਰਚੇ ਪ੍ਰਤੀ। ਇੱਕ ਤਾਂ ਸਭ ਤੋਂ ਪਹਿਲਾਂ ਮੈਂ ਕਹਿਣਾ ਕਿ 6 ਤਰੀਕ ਦਾ ਜਿਹੜਾ ਬੰਦ ਦਾ ਸੱਦਾ ਬੰਦ ਦਾ ਪ੍ਰੋਗਰਾਮ ਹੈ 12 ਤੋਂ 3 ਤੱਕ ਜਾਮ ਦਾ ਪ੍ਰੋਗਰਾਮ ਹੈ ਉਹ ਮੈਂ ਉਹਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਹੜ ਆ ਜਾਣਾ ਚਾਹੀਦਾ ਪੰਜਾਬ ਦੀਆਂ ਸੜਕਾਂ ਤੇ ਇੰਨਾ ਵੱਡਾ ਇਕੱਠ ਜਿਹੜਾ ਉਹ ਪੰਜਾਬ ਦੀਆਂ ਸੜਕਾਂ ਤੇ ਹੋਣਾ ਚਾਹੀਦਾ ਉਹਦੇ ਲਈ ਤਿਆਰੀ ਵੇਰੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਕਰਨੀ ਚਾਹੀਦੀ ਹੈ ਉਹ ਡਟ ਕੇ ਕਰੋ ਪਤਾ ਲੱਗੇ ਸਰਕਾਰ ਨੂੰ ਕਿ ਇਕੱਲੇ ਲੋਕ ਦਿੱਲੀ 'ਚ ਨਹੀਂ ਬੈਠੇ ਲੋਕ ਪੰਜਾਬ ਦੇ ਵਿੱਚ ਵੀ ਉਵੇਂ ਪੱਪਾਂ ਭਾਰ ਨੇ ਪੰਜਾਬ ਦੇ ਵਿੱਚ ਵੀ ਉਵੇਂ ਲੋਕ ਪੂਰੇ ਜੋਸ਼ੋ ਖਰੋਸ਼ ਦੇ ਨਾਲ ਜਿਹੜੇ ਉਹ ਜਾਮ ਦੇ ਵਿੱਚ ਆ ਰਹੇ ਤੇ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਸਾਡੇ ਕਿਸਾਨ ਆਗੂਆਂ ਨੂੰ ਕਿ ਹੁਣ ਜਿਹੜੀ ਕਹਾਣੀ ਆ ਉਹ ਤੁਹਾਡੇ ਸਿਰ ਤੇ ਖੜੀ ਆ ਲੋਕ ਤੁਹਾਡੇ ਨਾਲ ਖੜੇ ਆ ਚਾਨ ਨੂੰ ਡਟ ਕੇ ਖੜੇ ਆ ਲੋਕ ਕੋਈ ਪਿੱਛਾ ਨਹੀਂ ਦੇਣਗੇ ਪਰ ਹੁਣ ਕਹਿੰਦੇ ਹੁੰਦੇ ਆ ਕਿ ਸਾਹ ਮੁਹੰਮਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਨਾ ਕੰਮ ਹੋ ਜੇ ਦ੍ਰਿੜਤਾ ਦੇ ਨਾਲ ਹੌਸਲੇ ਨਾਲ ਪੂਰੀ ਨਿਡਰਤਾ ਦੇ ਨਾਲ ਜਿਹੜਾ ਦਲੇਰੀ ਦੇ ਨਾਲ ਉਹਨੂੰ ਫੈਸਲਾ ਲਓ ਲੋਕ ਨਹੀਂ ਤੁਹਾਡੇ ਪਿੱਛੇ ਹਟਣਗੇ ਜਿਵੇਂ ਗੱਲਾਂ ਆ ਰਹੀਆਂ ਨੇ ਮੈਂ ਸੁਣਿਆ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਕਿ ਸੁਰਜੀਤ ਫੂਲ ਨੂੰ ਤੇ ਇੱਕ ਸੰਘੇ ਨੂੰ ਜਿਹੜੇ ਦੋ ਆਗੂ ਨੇ ਕਿਸਾਨ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੁਣ ਉਹ ਗੱਲਾਂ ਛੱਡ ਦਿਓ ਆਪਾਂ ਸਸਪੈਂਡ ਕਿਸੇ ਨੂੰ ਨਾ ਕਰੀਏ ਅੱਜ ਇੱਕ ਹੋਣ ਦੀ ਲੋੜ ਆ ਜਿੰਨੇ ਵੀ ਆਪਾਂ 32 34 35 ਹੈਗੇ ਆ ਸਾਰੇ ਹੀ ਇਧਰਲੀ ਸਟੇਜ ਵਾਲੇ ਉਧਰਲੀ ਵਾਲੇ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਆ ਇੱਕ ਹੋ ਕੇ ਲੜੋ ਤਾਂ ਹੀ ਜਿੱਤ ਹੈ ਜਿਹੜੀ ਉਹ ਯਕੀਨੀ ਹੋਣੀ ਹੈ ਦੂਜੀ ਗੱਲ ਜਿਹੜੀ ਆਪਾਂ ਦੇਖੀ ਹੈ ਕਿ ਇਹ ਵੀ ਸੁਣਨ ਚ ਆਇਆ ਕਿ ਹੁਣ ਇਹ ਗੱਲਾਂ ਆ ਰਹੀਆਂ ਕਿ ਛੋਟੀ ਕਮੇਟੀ ਬਣਾ ਲਈ ਜਾਵੇ ਕਮੇਟੀ ਜਿਹੜੀ ਤੁਹਾਡੀ ਬਣੀ ਹੋਈ ਹੈ 32 ਮੈਂਬਰੀ ਹੈ 35 ਮੈਂਬਰੀ ਉਹ ਸਾਰੀ ਉਵੇਂ ਹੀ ਬਣੀ ਰਹਿਣੀ ਚਾਹੀਦੀ ਹੈ ਉਵੇਂ ਹੀ ਉਹ ਸਾਰਾ ਜੇ ਤੁਸੀਂ ਸਰਕਾਰ ਨਾਲ ਕੱਲ੍ਹ ਨੂੰ ਗੱਲਬਾਤ ਹੁੰਦੀ ਹੈ ਕੋਈ ਤੁਹਾਡੀ ਮੀਟਿੰਗ ਹੁੰਦੀ ਹੈ ਤਾਂ ਸਾਰੀ